ਇਹ ਕੋਈ ਪੈਸੇ ਦੇ ਗੱਫੇ ਇੱਦਾਂ ਨਹੀਂ ਵੰਡ ਰਹੇ ਕਿ ਉਹੀ ਧੱਕੇ ਨਾਲ ਪੈਸੇ ਦੇ ਕੇ ਲੋਕਾਂ ਨੂੰ ਤੋੜਦੇ ਨੇ। ਉਹਨਾਂ ਨੇ ਇੱਕ ਸਿਸਟਮ ਬਣਾਇਆ, ਉਸ ਸਿਸਟਮ ਦੇ ਤਹਿਤ ਉਹ ਕਿਵੇਂ ਪੈਸੇ ਲੈ ਕੇ ਕਿਵੇਂ ਉਹਨਾਂ ਨੂੰ ਜਿਹੜਾ 21 ਦਿਨ ਦਾ ਪੀਰੀਅਡ ਆ ਉਹਦੇ ਵਿੱਚ ਕਿਵੇਂ ਪੈਸੇ ਉਹ ਦਿੰਦੇ ਨੇ, ਇੱਕ ਸਿਸਟਮ ਹੈ। ਸੋ ਉਹ ਸਿਸਟਮ ਇੰਨਾ ਵਧੀਆ, ਉਹਦੇ ਕਰਕੇ ਮੇਰੇ ਰਿਹਾ ਨਹੀਂ ਗਿਆ। ਇਹਨਾਂ ਕੋਲ ਇੰਨੇ ਪੈਸੇ ਇਕੱਠੇ ਹੋਏ, ਇੰਨੇ ਕੁ ਪੈਸੇ ਲੈ ਕੇ ਜਿਹਨਾਂ ਨੇ ਠੱਗੀਆਂ ਮਾਰਨੀ ਹੁੰਦੀਆਂ ਹੁਣ ਤਾਂ ਕਿਤੇ ਨਾ ਕਿਤੇ ਨਿਕਲ ਜਾਂਦੇ। ਜੇ ਕੱਲ੍ਹ ਮੈਂ ਕੋਈ ਠੱਗੀ ਕਰਦਾ ਪਰਿਵਾਰ ਨੂੰ ਕਿੱਥੇ ਲਕੋਲੂੰਗਾ। ਕਰੋਨਾ ਕਰਕੇ ਜਿਨ੍ਹਾਂ ਦੇ ਘਰੇ ਰੋਟੀ ਪੱਕਣੋਂ ਹਟ ਗਈ, ਮੈਂ ਸਾਰਿਆਂ ਦੇ ਚੁੱਲ੍ਹੇ ਦੁਬਾਰਾ ਚਲਾਉਣਾ ਚਾਹੁੰਦਾ। ਪੂਰੀ ਦੁਨੀਆ ਦੇ ਧਰਮ ਨੇ ਇੱਕ ਝੰਡੇ ਦੇ ਥੱਲੇ, ਖਾਲਿਸਤਾਨ ਦੇ ਝੰਡੇ ਦੇ ਥੱਲੇ ਸਾਰੇ ਇਕੱਠੇ ਕਰ ਦੇਵਾਂ। ਕਦੇ ਕਿਸੇ ਗੁਰਦੁਆਰੇ ਨੇ ਕਿਹਾ ਕਿ ਇੰਨੇ ਪੈਸੇ ਦੋ ਲੰਗਰ ਤਾਂ ਛਕ ਸਕਦੇ ਹੋ? ਤਿੰਨ ਗੁਰਦੁਆਰਿਆਂ ਦੇ ਵਿੱਚ ਇਹ ਸਿਸਟਮ ਇੱਥੇ ਚੱਲਦਾ, ਤਿੰਨਾਂ ਦੇ ਵਿੱਚ ਲੰਗਰ ਅਥਾਹ ਚੱਲਦਾ, ਸਵੇਰ ਤੋਂ 24 ਘੰਟੇ ਲੰਗਰ ਚੱਲਦਾ। ਕੋਈ ਬੰਦਾ ਵੀ ਆ ਕੇ ਇੱਥੋਂ ਜਦੋਂ ਮਰਜ਼ੀ ਲੰਗਰ ਛਕਦਾ ਅਤੇ ਨਾਲ ਮਾਇਆ ਵੀ ਲੈ ਕੇ ਜਾਂਦਾ। ਤਾਂ ਬਹੁਤ ਜਗ੍ਹਾ ਐਸੀਆਂ ਨੇ ਜਿੱਥੇ ਅਸੀਂ ਸਿਰਫ ਮਾਇਆ ਨੂੰ ਅੰਦਰ ਕਰਨਾ ਜਾਣਦੇ ਹਾਂ, ਮਾਇਆ ਵੰਡਣੀ ਨਹੀਂ ਜਾਣਦੇ। ਲੋਕ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਬੋਲਦੇ ਸੀ, ਕਿਹੜਾ ਬੰਦਾ ਜਿਹਨੂੰ ਲੋਕ ਨਹੀਂ ਬੋਲਦੇ? ਲੋਕ ਤਾਂ ਬੋਲਦੇ ਨੇ, ਬੋਲਦੇ ਰਹਿਣੇ ਨੇ। ਯਾਰ ਬਾਬਾ ਜੀ ਦੀ ਸੋਚ ਨੂੰ ਸਲਾਮ ਹੈ ਕਿ ਪੂਰੀ ਦੁਨੀਆ ਨੂੰ ਇਕੱਠਾ ਕਰਨਾ ਚਾਹੁੰਦੇ ਨੇ। ਤੁਸੀਂ ਮੁਸਲਮਾਨ ਹੋ, ਤੁਸੀਂ ਪਹਿਲਾਂ ਧਰਮ ਪਰਿਵਰਤਨ ਕਰੋ, ਫਿਰ ਤੁਹਾਡੇ ਮੈਂ ਪੈਸੇ ਇੱਥੇ ਲਾਉਂ। ਕਦੇ ਕਿਹਾ ਕਿਸੇ ਨੂੰ? ਪਰ ਧਰਮ ਦਾ ਬੰਦਾ ਅੱਜ ਪਾਠ ਕਰਵਾ ਰਿਹਾ। ਉਹ ਠੱਗੀਆਂ ਤਾਂ ਬਹੁਤ ਦੂਰ ਦੀਆਂ ਗੱਲਾਂ ਰਹਿ ਗਈਆਂ, ਸਾਨੂੰ ਸੱਚੀ ਮੁੱਚੀ ਇਹੋ ਜਿਹੇ ਜਿਹੜੇ ਫਕੀਰ ਨੇ, ਇਹੋ ਜਿਹੇ ਮਹਾਂਪੁਰਸ਼ ਨੇ, ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਸਤਿ ਸ਼੍ਰੀ ਅਕਾਲ ਦਰਸ਼ਕੋ, ਇਸ ਸਮੇਂ ਅਸੀਂ ਪਿੰਡ ਕੁਠਾਲਾ ਗੁਰਦੁਆਰਾ ਰਵਿਦਾਸ ਭਗਤ ਬੇਗਮਪੁਰਾ ਦੇ ਵਿੱਚ ਬੈਠੇ ਹਾਂ। ਇਸ ਸਮੇਂ ਮੇਰੇ ਨਾਲ ਪੰਜਾਬੀ ਮਸ਼ਹੂਰ ਸਿੰਗਰ ਇੰਦਰਜੀਤ ਨਿੱਕੂ ਬੈਠੇ ਨੇ। ਇਹ ਇੱਥੇ ਬਾਬਾ ਗੁਰਮੇਲ ਸਿੰਘ ਜਿਹੜਾ ਲੋਕਾਂ ਨੂੰ ਮਾਇਆ ਦੇ ਗੱਫੇ ਦਿੰਦਾ ਹੈ, ਲੋਕਾਂ ਜਿਹੜਾ ਗੁਰੂ ਦੀ ਗੋਲਕ ਹੈ ਗਰੀਬ ਦਾ ਮੂੰਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਇੱਥੇ ਆਏ ਨੇ। ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਨੂੰ ਬਾਬਾ ਗੁਰਮੇਲ ਸਿੰਘ ਜੋ ਕਰ ਰਹੇ ਨੇ ਉਹਦੇ 'ਚ ਕੀ ਖਾਸ ਨਜ਼ਰ ਆਇਆ? ਸਤਿ ਸ਼੍ਰੀ ਅਕਾਲ ਨਿੱਕੂ ਜੀ। ਸਤਿ ਸ਼੍ਰੀ ਅਕਾਲ ਜੀ। ਨਿੱਕੂ ਜੀ, ਤੁਸੀਂ ਇੱਥੇ ਆਏ ਹੋ, ਬਾਬਾ ਗੁਰਮੇਲ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਲੋਕ ਕੁਝ ਕਹਿ ਰਹੇ ਨੇ ਕਿ ਬਾਬਾ ਗੁਰਮੇਲ ਸਿੰਘ ਠੱਗ ਹੈ, ਫਰੋਡ ਹੈ, ਠੱਗੀਆਂ ਕਰਦਾ, ਅਤੇ ਤੁਸੀਂ ਇੱਥੇ ਆਏ ਹੋ, ਤੁਸੀਂ ਬਾਬਾ ਗੁਰਮੇਲ ਸਿੰਘ ਨੂੰ ਸਮਰਥਨ ਦੇਣ ਆਏ ਹੋ? ਸਭ ਤੋਂ ਪਹਿਲੀ ਗੱਲ ਤਾਂ ਸਭ ਨੂੰ ਬਹੁਤ ਸਾਰਾ ਪਿਆਰ ਅਤੇ ਸਤਿਕਾਰ। ਮੈਂ ਬਾਬਾ ਗੁਰਮੇਲ ਸਿੰਘ ਜੀ ਕੋਲ, ਅਸੀਂ ਐਕਚੁਅਲੀ ਕਿੰਨੇ ਦਿਨਾਂ ਤੋਂ ਮਿਲਦੇ ਹਾਂ। ਹੁਣ ਬਾਬਾ ਜੀ ਜਿਹੜਾ ਕਰੋਨਾ ਪੋਜ਼ੀਟਿਵ ਜਦੋਂ ਹੋਏ ਸੀਗੇ, ਉਹ ਤੋਂ ਬਾਅਦ ਲੁਧਿਆਣਾ ਮੈਡੀਵੇ ਹੋਸਪਿਟਲ ਦੇ ਵਿੱਚ ਐਡਮਿਟ ਸੀ। ਮੈਂ ਰੂਟੀਨ ਦੇ ਵਿੱਚ ਹੀ ਉਹਨਾਂ ਨੂੰ ਉੱਥੇ ਮਿਲਦਾ ਸੀ, ਰੂਟੀਨ 'ਚ ਜਾਂਦੇ ਸੀ, ਕਿਉਂਕਿ ਉਹ ਜਿਹੜੇ ਹੋਸਪਿਟਲ ਆ ਮੇਰੇ ਦੋਸਤ ਨੇ ਮਿੰਕੂ ਗੁਰਮੇਲ ਮੈਡੀਕਲ ਵਾਲਿਆਂ ਦੇ, ਉੱਥੇ ਫੇਮਸ ਸਾਡੇ ਲੁਧਿਆਣੇ ਦੇ ਨੇ, ਉਹਨਾਂ ਦੇ ਫਾਦਰ ਸਾਹਿਬ ਨੇ ਉਹ ਮਿੰਕੀ ਉਹਨਾਂ ਦੇ ਨਾਮ 'ਤੇ ਹੋਸਪਿਟਲ ਖੋਲ੍ਹਿਆ। ਸੋ ਬਾਬਾ ਜੀ ਉੱਥੇ ਐਡਮਿਟ ਸੀ, ਜਦੋਂ ਮੈਨੂੰ ਪਤਾ ਲੱਗਿਆ ਸੋ ਮੈਂ ਉੱਥੇ ਖਬਰ ਲੈਣ ਗਿਆ, ਕਿਉਂਕਿ ਬਾਬਾ ਜੀ ਨੇ ਜਿਹੜੀ ਡਿਊਟੀ ਇਹ ਨਿਭਾ ਰਹੇ ਨੇ ਨਾ, ਇਹ ਕੋਈ ਪੈਸੇ ਦੇ ਗੱਫੇ ਇੱਦਾਂ ਨਹੀਂ ਵੰਡ ਰਹੇ ਕਿ ਉਹੀ ਧੱਕੇ ਨਾਲ ਪੈਸੇ ਦੇ ਕੇ ਲੋਕਾਂ ਨੂੰ ਤੋੜਦੇ ਨੇ। ਇਹਨਾਂ ਨੇ ਇੱਕ ਗੁਰੂ ਦੀ ਕਿਰਪਾ ਨਾਲ ਇਹਨਾਂ ਦੇ ਮਨ ਦੇ ਵਿੱਚ ਇੱਕ ਖਿਆਲ ਉਪਜਿਆ ਕਿ ਜਿਹੜੇ ਗਰੀਬ ਲੋਕ ਨੇ, ਜਿਨ੍ਹਾਂ ਦੇ ਕੋਲ, ਜਿਨ੍ਹਾਂ ਦੇ ਸਿਰ 'ਤੇ ਕਰਜ਼ੇ ਨੇ ਜਾਂ ਜਿਨ੍ਹਾਂ ਦੇ ਧੀਆਂ ਦੇ ਵਿਆਹ ਨਹੀਂ ਹੁੰਦੇ, ਉਹਨਾਂ ਦੇ ਭਲੇ ਲਈ ਇੱਕ ਸਿਸਟਮ ਬਣਾਇਆ ਜਾਵੇ। ਉਹਨਾਂ ਨੇ ਇੱਕ ਸਿਸਟਮ ਬਣਾਇਆ, ਉਸ ਸਿਸਟਮ ਦੇ ਤਹਿਤ ਉਹ ਕਿਵੇਂ ਪੈਸੇ ਲੈ ਕੇ ਕਿਵੇਂ ਉਹਨਾਂ ਨੂੰ ਜਿਹੜਾ 21 ਦਿਨ ਦਾ ਪੀਰੀਅਡ ਆ ਉਹਦੇ ਵਿੱਚ ਕਿਵੇਂ ਪੈਸੇ ਉਹ ਦਿੰਦੇ ਨੇ, ਇੱਕ ਸਿਸਟਮ ਹੈ। ਸੋ ਉਹ ਸਿਸਟਮ ਇੰਨਾ ਵਧੀਆ, ਉਹਦੇ ਕਰਕੇ ਮੇਰੇ ਰਿਹਾ ਨਹੀਂ ਗਿਆ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸੀ ਕਿ ਜਿਸ ਇੱਕ ਅੱਜ ਕੋਈ ਵੀ ਇਨਸਾਨ ਆ ਜਿਹਦੇ ਕੋਲ ਥੋੜ੍ਹੇ ਜਿਹੇ ਪੈਸੇ ਆਉਂਦੇ ਨੇ, ਉਹਦਾ ਵੈਸੇ ਦਿਮਾਗ ਸੱਤਵੇਂ ਅਸਮਾਨ 'ਤੇ ਪਹੁੰਚ ਜਾਂਦਾ ਹੈ। ਨੰਬਰ 2, ਬਹੁਤ ਵਾਰ ਅਸੀਂ ਸੁਣਦੇ ਹਾਂ ਕਿ ਇੱਦਾਂ ਦੇ ਆ ਕੋਈ ਠੱਗ ਨਿਕਲਿਆ, ਕੋਈ ਕੁਛ ਕੀਤਾ, ਕਿਸੇ ਨੇ ਕੁਛ ਕੀਤਾ। ਇਹਨਾਂ ਕੋਲ ਇੰਨੇ ਪੈਸੇ ਇਕੱਠੇ ਹੋਏ, ਇੰਨੇ ਕੁ ਪੈਸੇ ਲੈ ਕੇ ਜਿਹਨਾਂ ਨੇ ਠੱਗੀਆਂ ਮਾਰਨੀ ਹੁੰਦੀਆਂ ਹੁਣ ਤਾਂ ਕਿਤੇ ਨਾ ਕਿਤੇ ਨਿਕਲ ਜਾਂਦੇ। ਦੂਜੀ ਗੱਲ, ਇਹਨਾਂ ਨੇ ਜਿਹੜੇ ਲੋਕਾਂ ਦੇ ਭਲੇ ਹੁਣ ਤੱਕ ਕੀਤੇ ਨੇ ਪਿਛਲੇ 3-4 ਮਹੀਨਿਆਂ 'ਚ, ਜਿੰਨਾ ਕੁ ਟਾਈਮ ਇਹਨਾਂ ਨੂੰ ਹੋਇਆ ਸ਼ੁਰੂ, ਉਹ ਜਿੰਨੇ ਲੋਕਾਂ ਦੇ ਭਲੇ ਹੋਏ ਨੇ ਉਹ ਸਾਰੇ ਗਵਾਹ ਨੇ ਕਿ ਕਦੇ ਕਿਸੇ ਨੇ ਇਹਨਾਂ ਨੇ ਕੋਈ ਠੱਗੀ ਨਹੀਂ ਕੀਤੀ, ਕਿਸੇ ਨਾ ਕਿਸੇ ਤੋਂ ਧੱਕੇ ਨਾਲ ਪੈਸੇ ਲਏ ਨਹੀਂ, ਕਿਸੇ ਨੂੰ ਇੱਦਾਂ ਪੈਸੇ ਦਿੱਤੇ ਨਹੀਂ। ਇੱਕ ਸਿਸਟਮ ਦੇ ਤਹਿਤ ਹੀ ਪੈਸੇ ਲਏ ਅਤੇ ਸਿਸਟਮ ਦੇ ਤਹਿਤ ਹੀ ਪੈਸੇ ਦਿੱਤੇ। ਸੋ ਇਸ ਕਰਕੇ ਨਾ ਤਾਂ ਕਦੇ ਗੁਨਾਹਗਾਰ ਸੀਗੇ, ਨਾ ਇਨ ਫਿਊਚਰ ਹੋਣਗੇ, ਜੋ ਮੇਰਾ ਬ੍ਰੇਨ ਕਹਿੰਦਾ, ਮੇਰਾ ਦਿਲ ਕਹਿੰਦਾ। ਕਿਉਂਕਿ ਇਹਨਾਂ ਨੂੰ ਜਿੰਨਾ ਕੁ ਮੈਂ ਜਾਣਦਾ ਜਾਂ ਜਿੰਨਾ ਕੁ ਅਸੀਂ ਆਪਸ 'ਚ ਗੱਲਾਂ ਕੀਤੀਆਂ, ਦਿਲ ਦੇ ਬਹੁਤ ਚੰਗੇ ਨੇ, ਪਰਿਵਾਰ ਇਹਨਾਂ ਦਾ। ਉਹ ਕਹਿੰਦੇ ਮੈਂ ਆਪਣੇ ਪਰਿਵਾਰ ਤੋਂ ਦੂਰ ਕਿਵੇਂ ਰਹਿ ਸਕਦਾ? ਪਰਿਵਾਰ ਨੂੰ ਜੇ ਕੱਲ੍ਹ ਮੈਂ ਕੋਈ ਠੱਗੀ ਕਰਦਾ, ਪਰਿਵਾਰ ਨੂੰ ਕਿੱਥੇ ਲਕੋਲੂੰਗਾ, ਕੀ ਕਰ ਲੂੰਗਾ ਮੈਂ? ਐਂਡ ਦੂਜੀ ਗੱਲ, ਗੁਰੂ ਘਰ ਦੇ ਵਿੱਚ ਬੈਠ ਕੇ ਕਹਿੰਦੇ ਮੈਂ ਇੱਕ ਪ੍ਰਣ ਕੀਤਾ ਸੀ ਕਿ ਹੇ ਰਵਿਦਾਸ ਮਹਾਰਾਜ ਜੀ, ਮੈਂ ਤੁਹਾਡੇ ਦਰ 'ਤੇ ਜਿੰਨਾ ਲੋਕ, ਜਿਨ੍ਹਾਂ ਦੇ ਆਹ ਕਸ਼ਟ ਨੇ, ਜਿਹੜੇ ਕਰੋਨਾ ਕਰਕੇ ਜਿਨ੍ਹਾਂ ਦੇ ਘਰ ਰੋਟੀ ਪੱਕਣੋਂ ਹਟ ਗਈ, ਮੈਂ ਸਾਰਿਆਂ ਦੇ ਚੁੱਲ੍ਹੇ ਦੁਬਾਰਾ ਚਲਾਉਣਾ ਚਾਹੁੰਦਾ।
ਮੈਂ ਚਾਹੁੰਦਾ ਕਿ ਮੈਂ ਪੂਰੀ ਦੁਨੀਆ ਦੇ ਵਿੱਚ ਜਿਹੜੀ ਪੂਰੀ ਦੁਨੀਆ ਦੇ ਧਰਮ ਨੇ ਉਹ ਇੱਕ ਝੰਡੇ ਦੇ ਥੱਲੇ, ਖਾਲਿਸਤਾਨ ਦੇ ਝੰਡੇ ਦੇ ਥੱਲੇ ਸਾਰੇ ਇਕੱਠੇ ਕਰ ਦੇਵਾਂ। ਉਹਨਾਂ ਦੀ ਜਿਹੜੀ ਸੋਚ ਆ ਉਹਨੂੰ ਸੱਚੀ ਸਲਿਊਟ ਹੈ, ਉਹਨੂੰ ਸਲਾਮ ਹੈ, ਕਿਉਂਕਿ ਹੁਣ ਇਹਨਾਂ ਦੇ ਕੋਲ ਇੱਥੇ ਹਿੰਦੂ, ਮੁਸਲਿਮ, ਸਿੱਖ, ਈਸਾਈ ਹਰ ਧਰਮ ਦੇ ਲੋਕ ਆ ਕੇ ਅਖੰਡ ਪਾਠ ਸਾਹਿਬ ਸੁੱਖਦੇ ਨੇ। ਉਹ ਤੋਂ ਬਾਅਦ ਆਪਣੀ ਮਾਇਆ ਦਿੰਦੇ ਨੇ ਅਤੇ ਮਾਇਆ ਦੇ ਰੂਪ 'ਚ ਵਾਪਸ ਮਾਇਆ ਕਿਵੇਂ ਲੈਂਦੇ ਨੇ ਸਿਸਟਮ ਦੇ ਤਹਿਤ। ਦੇਖੋ ਜੀ, ਇਹ ਬਾਬਾ ਜੀ ਜਿਹੜੇ ਨੇ ਲੋਕਾਂ ਦੇ ਜਿਵੇਂ ਹੁਣ ਅਖੰਡ ਪਾਠ ਕਰਾਉਂਦੇ ਨੇ, ਲੋਕ ਅਖੰਡ ਪਾਠ ਦੀ ਭੇਟਾ ਦਿੰਦੇ ਨੇ, ਉਹੀ ਮਾਇਆ 21 ਦਿਨਾਂ ਬਾਅਦ ਜਾਣੀ ਕਿ ਲੋਕਾਂ ਨੂੰ ਵਾਪਸ ਦੇਣੀ ਸ਼ੁਰੂ ਕਰ ਦਿੰਦੇ ਨੇ। ਹੁਣ ਜੇ ਗੱਲ ਕਰਦੇ ਹਾਂ, ਅਸੀਂ 30,000 ਰੁਪਈਆ ਭੇਟਾ ਲੈਂਦੇ ਨੇ, 30,000 ਦੇ ਵਿੱਚ ਗੁਰੂ ਘਰ ਦੇ ਵਿੱਚ 24 ਘੰਟੇ ਲੰਗਰ ਚੱਲਦਾ ਹੈ, ਪਾਠੀਆਂ ਨੂੰ ਜਿਹੜੀ ਭੇਟਾ ਦਿੱਤੀ ਜਾਂਦੀ ਹੈ ਸਾਰਾ ਕੁਛ ਕੀਤਾ ਜਾਂਦਾ, ਹੈ ਨਾ, ਇਹੀ ਸਿਸਟਮ ਸਾਰੇ ਗੁਰੂ ਘਰਾਂ ਦੇ ਵਿੱਚ ਚੱਲਦਾ। ਤੁਹਾਨੂੰ ਨਹੀਂ ਲੱਗਦਾ ਕਿ ਜੇ ਬਾਬਾ ਗੁਰਮੇਲ ਸਿੰਘ ਇਹ ਕੰਮ ਸਹੀ ਕਰਦੇ ਨੇ, ਬਾਕੀਆਂ ਨੂੰ ਵੀ ਇਹ ਚਲਾਉਣਾ ਚਾਹੀਦਾ? ਗੁਰੂ ਨਾਨਕ ਪਾਤਸ਼ਾਹ ਨੇ ਤਾਂ ਬੜੀ ਦੇਰ ਪਹਿਲਾਂ ਸਾਨੂੰ ਇਹ ਜਿਹੜੇ ਲੰਗਰ ਪ੍ਰਥਾ ਚਲਾਈ ਹੈ ਉਹ ਚਲਾ ਕੇ ਦਿਖਾਈ ਹੈ ਉਹਨਾਂ ਨੇ ਪ੍ਰੈਕਟੀਕਲੀ। ਅੱਜ ਤੱਕ ਲੰਗਰ ਕਦੇ ਬੰਦ ਹੋਇਆ? ਲੰਗਰ 'ਚ ਕਿੱਥੋਂ ਪੈਸਾ ਆਉਂਦਾ ਕਦੇ ਕਿਸੇ ਨੂੰ ਪਤਾ ਹੈ? ਕਦੇ ਕਿਸੇ ਗੁਰਦੁਆਰੇ ਨੇ ਕਿਹਾ ਕਿ ਇੰਨੇ ਪੈਸੇ ਦੋ ਲੰਗਰ ਤਾਂ ਛਕ ਸਕਦੇ ਹੋ? ਇਹ ਬਾਬੇ ਨਾਨਕ ਦੀ ਜਿਹੜੀ ਪ੍ਰਥਾ, ਇਹਨਾਂ ਨੇ ਉਸੇ ਪ੍ਰਥਾ ਨੂੰ ਅੱਗੇ ਤੋਰਿਆ ਇੱਕ ਅਲੱਗ ਸਿਸਟਮ ਦੇ ਨਾਲ। ਹੁਣ ਇੱਥੇ ਲੰਗਰ ਜਿੰਨੀ ਜਗ੍ਹਾ 'ਤੇ ਇਹਨਾਂ ਨੇ ਇਹ ਸਿਸਟਮ ਚਲਾਇਆ, 3 ਗੁਰਦੁਆਰਿਆਂ ਦੇ ਵਿੱਚ ਇਹ ਸਿਸਟਮ ਇੱਥੇ ਚੱਲਦਾ, ਤਿੰਨਾਂ ਦੇ ਵਿੱਚ ਲੰਗਰ ਅਥਾਹ ਚੱਲਦਾ, ਸਵੇਰ ਤੋਂ 24 ਘੰਟੇ ਲੰਗਰ ਚੱਲਦਾ। ਕੋਈ ਬੰਦਾ ਵੀ ਆ ਕੇ ਇੱਥੋਂ ਜਦੋਂ ਮਰਜ਼ੀ ਲੰਗਰ ਛਕਦਾ ਅਤੇ ਨਾਲ ਮਾਇਆ ਵੀ ਲੈ ਕੇ ਜਾਂਦਾ। ਕੋਈ ਐਸੀ ਜਗ੍ਹਾ ਹੈ ਜਿੱਥੇ ਲੰਗਰ ਵੀ ਛਕਾਇਆ ਜਾਵੇ ਅਤੇ ਨਾਲ ਮਾਇਆ ਵੀ ਦਿੱਤੀ ਜਾਵੇ? ਇਸ ਲਈ ਇਹ ਗੱਫੇ ਇੱਦਾਂ ਨਹੀਂ ਦਿੱਤੇ ਜਾ ਰਹੇ ਵੀ ਜਿਵੇਂ ਆਪਾਂ ਗੱਲਾਂ ਕਰਦੇ ਹਾਂ ਕਿ ਪੈਸੇ ਵੰਡਦੇ ਨੇ ਜਾਂ ਪੈਸੇ ਲਟਾਉਂਦੇ ਨੇ। ਇਹਨਾਂ ਨੇ ਇੱਕ ਸਿਸਟਮ ਬਣਾਇਆ, ਇੱਕ ਸਮਝਦਾਰੀ ਹੈ, ਗੁਰੂ ਪਾਤਸ਼ਾਹ ਨੇ ਇਹਨਾਂ 'ਤੇ ਇੱਕ ਰਹਿਮਤ ਕੀਤੀ ਹੈ। ਉਹ ਰਹਿਮਤ ਦੇ ਜ਼ਰੀਏ ਜਿਹੜਾ ਇਹਨਾਂ ਨੇ ਉਹ ਸਿਸਟਮ ਬਣਾਇਆ, ਉਹ ਸਿਸਟਮ ਇੰਨਾ ਵਧੀਆ ਜੇ ਮੈਨੂੰ ਲੱਗਦਾ ਬਾਕੀ ਗੁਰੂ ਘਰਾਂ 'ਚ ਵੀ ਹੋ ਜਾਵੇ, ਜੇ ਸਾਰਿਆਂ ਨੂੰ ਸਮਝ ਲੱਗ ਜਾਵੇ। ਮੈਨੂੰ ਲੱਗਦਾ ਬਹੁਤ ਜਗ੍ਹਾ ਐਸੀਆਂ ਨੇ ਜਿੱਥੇ ਅਸੀਂ ਸਿਰਫ ਮਾਇਆ ਨੂੰ ਅੰਦਰ ਕਰਨਾ ਜਾਣਦੇ ਹਾਂ, ਮਾਇਆ ਵੰਡਣੀ ਨਹੀਂ ਜਾਣਦੇ। ਜਦੋਂ ਅਸੀਂ ਮਾਇਆ ਵੰਡਣੀ ਸ਼ੁਰੂ ਕਰਤੀ ਨਾ, ਇਹ ਕਦੇ ਘਟਣੀ ਹੋ ਨਹੀਂ। ਨਿੱਕੂ ਜੀ, ਸਾਡੇ ਕੋਲ ਲੋਕਾਂ ਦੇ ਫੋਨ ਆਉਂਦੇ ਆ, ਜਿਹੜੇ ਪਾਠੀ ਸਿੰਘ ਨੇ ਉਹਨਾਂ ਦੇ ਵੀ ਆਉਂਦੇ ਆ, ਜਿਹੜੇ ਸਿੱਖ ਧਰਮ ਦੇ ਪ੍ਰਚਾਰਕ ਨੇ ਉਹਨਾਂ ਦੇ ਵੀ ਫੋਨ ਆਉਂਦੇ ਆ। ਲੋਕਾਂ ਦਾ ਕਹਿਣਾ ਇਹ ਹੈ ਕਿ ਬਾਬਾ ਸਿਰਫ ਗੁਰੂ ਘਰ ਦੇ ਨਾਂ 'ਤੇ ਠੱਗੀ ਮਾਰਦਾ, ਕਦੇ ਨਾ ਕਦੇ ਬਾਬਾ ਭੱਜੂਗਾ। ਜੇਕਰ ਜਿਵੇਂ ਅਸੀਂ ਤੁਸੀਂ ਗੱਲ ਕੀਤੀ ਆ, ਸਾਡੇ ਵੀ ਸਮਝ ਇਹ ਲੱਗੀ ਹੈ, ਜੇਕਰ ਬਾਬੇ ਨੇ ਹੁਣ ਤੱਕ ਭੱਜਣਾ ਹੁੰਦਾ, ਬਹੁਤ 28,000 ਦੇ ਲਗਭਗ ਬਾਬੇ ਕੋਲ ਅਖੰਡ ਪਾਠ ਹੋ ਚੁੱਕੇ ਨੇ ਬੁੱਕ, ਜੇਕਰ ਬਾਬੇ ਨੇ ਭੱਜਣਾ ਹੁੰਦਾ ਹੁਣ ਬਾਬੇ ਕੋਲ ਬਹੁਤ ਵਧੀਆ ਮੌਕਾ ਸੀ, ਬਾਬਾ ਵਧੀਆ ਤਰੀਕੇ ਨਾਲ ਭੱਜ ਸਕਦਾ ਸੀ। ਕੋਈ ਤਕਰੀਬਨ ਮੈਨੂੰ ਲੱਗਦਾ ਕਿ 20 ਦਿਨ ਹੋ ਗਏ ਬਾਬਾ ਜੀ ਨੂੰ ਕਰੋਨਾ ਪੋਜ਼ਿਟਿਵ ਹੋਏ, ਹੈ ਨਾ, ਅਤੇ ਬਾਬਾ ਹੁਣ ਭੱਜ ਸਕਦਾ ਸੀ। ਤੁਹਾਨੂੰ ਲੱਗਦਾ ਵੀ ਇਹ ਸੰਭਾਵਨਾ ਲੋਕਾਂ ਦੇ ਮਨ ਦੇ ਵਿੱਚ ਇਹ ਖਿਆਲ ਜਾਊਗਾ ਵੀ ਬਾਬਾ ਲੋਕਾਂ ਦੀ ਜਿਹੜਾ ਭਲਾ ਕਰੂਗਾ, ਕੀ ਕਰੂਗਾ? ਜਿਹੜੀ ਲੋਕਾਂ ਦੀ ਸੋਚ ਆ ਜਾਂ ਲੋਕਾਂ ਨੇ ਬੋਲਣਾ, ਉਹ ਤਾਂ ਆਪਾਂ ਕਦੇ ਕਿਸੇ ਨੂੰ ਰੋਕ ਹੀ ਨਹੀਂ ਸਕਦੇ। ਲੋਕ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਬੋਲਦੇ ਸੀ, ਕਿਹੜਾ ਬੰਦਾ ਜਿਹਨੂੰ ਲੋਕ ਨਹੀਂ ਬੋਲਦੇ? ਲੋਕ ਤਾਂ ਬੋਲਦੇ ਨੇ, ਬੋਲਦੇ ਰਹਿਣੇ ਨੇ। ਲੇਕਿਨ ਜਿੰਨਾ ਕੁ ਮੈਂ ਬਾਬਾ ਜੀ ਨੂੰ ਮਿਲਿਆ ਨਾ, ਸੱਚੀ ਮੇਰੇ ਦਿਲ 'ਚ ਸਤਿਕਾਰ ਬਹੁਤ ਜ਼ਿਆਦਾ ਵੱਧ ਗਿਆ ਉਹਨਾਂ ਦਾ, ਕਿ ਉਹਨਾਂ ਦੀ ਜਿਹੜੀ ਸੋਚ ਹੈ ਉਹ ਇਕੱਲੀ ਲੋਕਾਂ ਦਾ ਇੰਨੀ ਆਹ ਗੱਲ 'ਚ ਭਲਾ ਕਰਨਾ ਨਹੀਂ ਕਿ ਪੈਸੇ ਵੰਡ ਕੇ ਭਲਾ ਕਰਨਾ, ਉਹ ਜਿਹੜੀ ਇੱਕ ਸੋਚ ਹੈ ਕਿ ਮੈਂ ਪੂਰੀ ਦੁਨੀਆ ਦੇ ਧਰਮ ਜਿਹੜੇ ਜਿਹੜੇ ਇੱਕ ਝੰਡੇ ਥੱਲੇ ਖੜ੍ਹੇ ਕਰਨੇ ਨੇ, ਕਿ ਗੁਰੂ ਨਾਨਕ ਪਾਤਸ਼ਾਹ ਸਾਨੂੰ ਇਹ ਸਮਰੱਥਾ ਬਖਸ਼ਣ ਕਿ ਮਾਲਕ ਇੱਕੋ ਹੀ ਹੈ। ਜਿਹੜੀ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਦੁਨੀਆ ਨੂੰ ਹੋਕਾ ਦਿੱਤਾ ਸੀ ਨਾ ਕਿ ਇੱਕੋ ਅਹੰਕਾਰ, ਉਹ ਇੱਕੋ ਹੀ ਆ ਉਹ, ਇਹ ਉਹ ਸੋਚ ਨੂੰ ਲੈ ਕੇ ਚੱਲਦੇ ਨੇ ਕਿ ਮੈਂ ਸਾਰੇ ਧਰਮ ਇੱਕ ਝੰਡੇ ਥੱਲੇ ਖੜ੍ਹੇ ਕਰ ਦੇਣਾ, ਨਹੀਂ ਸਾਰਿਆਂ ਦਾ ਇੱਕੋ ਮਾਲਕ ਹੈ। ਦਰਸ਼ਕੋ, ਇਹ ਇੰਦਰਜੀਤ ਨਿੱਕੂ ਪੰਜਾਬੀ ਸਿੰਗਰ ਸਾਡੇ ਨਾਲ ਮੌਜੂਦ ਨੇ, ਇਹਨਾਂ ਦਾ ਕਹਿਣਾ ਕਿ ਹਲੇ ਲਈ ਹੀ ਕੰਮ ਇਹ ਕਰ ਰਹੇ ਨੇ ਬਾਬਾ ਗੁਰਮੇਲ ਸਿੰਘ ਜੀ। ਬਾਬਾ ਗੁਰਮੇਲ ਸਿੰਘ ਜਿਹੜਾ ਕੰਮ ਕਰ ਰਹੇ ਨੇ, ਇੰਦਰਜੀਤ ਨਿੱਕੂ ਨੇ ਇਹ ਗੱਲ ਕਹੀ ਹੈ ਕਿ ਬਾਬਾ ਗੁਰਮੇਲ ਸਿੰਘ ਮਨੁੱਖਤਾ, ਜਿਹੜਾ ਇਨਸਾਨ ਦਾ ਅਸਲੀ ਧਰਮ ਹੈ ਮਨੁੱਖਤਾ, ਉਹਦੀ ਪਹਿਚਾਣ ਬਾਬਾ ਗੁਰਮੇਲ ਸਿੰਘ ਕਰ ਚੁੱਕੇ ਨੇ। ਸਾਰੇ ਧਰਮਾਂ ਨੂੰ ਜਿਹੜਾ ਇੱਕ ਜਗ੍ਹਾ ਇਕੱਠਾ ਕਰਨਾ ਚਾਹੁੰਦੇ ਆ ਬਾਬਾ ਗੁਰਮੇਲ ਸਿੰਘ। ਮੈਨੂੰ ਤੁਸੀਂ ਇਹ ਦੱਸੋ, ਆਪਾਂ ਬੈਠੇ ਹਾਂ ਦੋਨੋਂ ਭਰਾ, ਅੱਜ ਪਰਿਵਾਰ ਦੇਖਦੇ ਹਾਂ ਆਪਾਂ, ਅੱਗੇ ਹੁੰਦੇ ਸੀ ਕਿ ਇੱਕ ਪਰਿਵਾਰ ਦੇ ਵਿੱਚ ਜੇ 5 ਭਰਾ ਨੇ, 5 ਦੇ ਅੱਗੇ ਬੱਚੇ ਨੇ, ਉਹ ਸਾਰੇ ਇਕੱਠੇ ਰਹਿੰਦੇ ਨੇ, ਇੱਕ ਦੂਸਰੇ ਨਾਲ ਪਿਆਰ ਵੀ ਬਹੁਤ ਜ਼ਿਆਦਾ, ਇੱਕ ਦੂਜੇ ਦੀ ਰਿਸਪੈਕਟ ਕਰਦੇ ਨੇ, ਇੱਕ ਦੂਜੇ ਦੀ ਹੈਲਪ ਕਰਦੇ ਨੇ, ਅਤੇ ਪਰਿਵਾਰ ਕਿੰਨੇ ਗਰੋ ਕਰਦੇ ਸੀ। ਜਦੋਂ ਘਰ 'ਚ ਕੋਈ ਫੰਕਸ਼ਨ ਹੋਣਾ, ਕਿੰਨੇ ਉਹ ਘਰ ਦੇ ਮੈਂਬਰ ਇਕੱਠੇ ਹੋ ਕੇ ਪਹਿਲਾਂ ਇੰਜੋਏ ਕਰਦੇ ਸੀ। ਮੇਰੇ ਖੁਦ ਦੇ ਪਰਿਵਾਰ ਦੇ ਵਿੱਚ 20 ਬਾਈ ਮੈਂਬਰਾਂ ਸੀ। ਜਿਹੜਾ ਬੰਦਾ ਇੱਕ ਪਰਿਵਾਰ, ਜਿਹੜੇ ਹੁਣ ਤੱਕ ਆਪਣੇ ਪੁਰਾਤਨ ਜਿਹੜੇ ਸਮੇਂ ਸੀ, ਸਿਸਟਮ ਸੀ, ਜਿਹੜਾ ਪਿਆਰ ਸੀ, ਉਹ ਖਤਮ ਹੁੰਦਾ ਜਾਂਦਾ, ਅਲੋਪ ਹੁੰਦਾ ਜਾ ਰਿਹਾ, ਹੁਣ ਪਰਿਵਾਰ ਨਹੀਂ ਇਕੱਠੇ ਰਹਿੰਦੇ। ਯਾਰ ਬਾਬਾ ਜੀ ਦੀ ਸੋਚ ਨੂੰ ਸਲਾਮ ਹੈ ਕਿ ਪੂਰੀ ਦੁਨੀਆ ਨੂੰ ਇਕੱਠਾ ਕਰਨਾ ਚਾਹੁੰਦੇ ਨੇ, ਕਿ ਅਸੀਂ ਜਿਹੜੀ ਗੁਰੂ ਨਾਨਕ ਸਾਹਿਬ ਨੇ ਇੱਕ ਪ੍ਰਥਾ ਚਲਾਈ ਸੀ, ਲੰਗਰ ਪ੍ਰਥਾ, ਲੋਕਾਂ ਦਾ ਭਲਾ ਕਰਨਾ, ਲੋਕਾਂ ਨੂੰ ਬਾਣੀ ਨਾਲ ਜੋੜਨਾ। ਇਹਨਾਂ ਨੇ ਕਦੇ ਕਿਹਾ ਇੱਥੇ ਆ ਕੇ ਤੁਸੀਂ ਪਹਿਲਾਂ ਅੰਮ੍ਰਿਤ ਛਕੋ ਤਾਂ ਤੁਹਾਡੀ ਮੈਂ ਪਰਚੀ ਕੱਟੂ?
ਤੁਸੀਂ ਮੁਸਲਮਾਨ ਹੋ ਤੁਸੀਂ ਪਹਿਲਾਂ ਧਰਮ ਪਰਿਵਰਤਨ ਕਰੋ ਫਿਰ ਤੁਹਾਡੇ ਮੈਂ ਪੈਸੇ ਇੱਥੇ ਲਾਉਂ ਕਦੇ ਕਿਹਾ ਕਿਸੇ ਨੂੰ ਇਹ ਕਿਸੇ ਨੂੰ ਕੁਝ ਨਹੀਂ ਕਹਿੰਦੇ ਇਹ ਕਹਿੰਦੇ ਨੇ ਸਿਰਫ ਤੁਸੀਂ ਆਓ ਵਾਹਿਗੁਰੂ ਖੁਦ ਦੇ ਚਰਨਾਂ 'ਚ ਆ ਕੇ ਅਰਦਾਸ ਕਰੋ ਸਾਨੂੰ ਆਹ ਦੁੱਖ ਤਕਲੀਫ ਹੈ ਅਤੇ ਨਾਲ ਪਾਠ ਸੁੱਖੋ ਤੁਹਾਡੀ ਮਨ ਦੀ ਮਨੋਕਾਮਨਾ ਪੂਰੀ ਹੋਊਗੀ ਠੀਕ ਹੈ ਉਹ ਤੋਂ ਬਾਅਦ ਹਰ ਧਰਮ ਦਾ ਬੰਦਾ ਅੱਜ ਪਾਠ ਕਰਵਾ ਰਿਹਾ ਬਾਣੀ ਨਾਲ ਜੋੜਨਾ ਦੱਸੋ ਮੈਨੂੰ ਕਿੱਥੇ ਗਲਤ ਹੈ ਬਾਬਾ ਜੀ ਬਾਣੀ ਨਾਲ ਵੀ ਜੋੜ ਰਹੇ ਨੇ ਲੋਕਾਂ ਦੇ ਭਲੇ ਵੀ ਕਰ ਰਹੇ ਨੇ ਲੋਕਾਂ ਨੂੰ ਇੱਕ ਰਹਿਣ ਦਾ ਸੰਦੇਸ਼ ਵੀ ਦਿੰਦੇ ਨੇ ਸਾਰੇ ਧਰਮਾਂ ਨੂੰ ਇਕੱਠਾ ਕਰਨ ਦਾ ਵੀ ਸੰਦੇਸ਼ ਦਿੰਦੇ ਨੇ ਸੋ ਮੈਨੂੰ ਲੱਗਦਾ ਕਿ ਉਹ ਠੱਗੀਆਂ ਤਾਂ ਬਹੁਤ ਦੂਰ ਦੀਆਂ ਗੱਲਾਂ ਰਹਿ ਗਈਆਂ ਸਾਨੂੰ ਸੱਚੀ ਮੁੱਚੀ ਇਹੋ ਜਿਹੇ ਜਿਹੜੇ ਫਕੀਰ ਨੇ ਇਹੋ ਜਿਹੇ ਮਹਾਂਪੁਰਸ਼ ਨੇ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਇਹਨਾਂ ਨੂੰ ਜਿਹੜੇ ਇਹੋ ਜਿਹੇ ਵਰਡ ਗੰਦੇ ਬੋਲਦੇ ਨੇ ਉਹਨਾਂ ਦਾ ਤਿਰਸਕਾਰ ਕਰਨਾ ਚਾਹੀਦਾ ਇਹੋ ਜਿਹੇ ਲੋਕਾਂ ਦਾ ਉਹਨਾਂ ਨੂੰ ਸਮਝਾਉਣਾ ਚਾਹੀਦਾ ਕਿ ਆਹ ਲੋਕ ਇਹੋ ਜਿਹੇ ਰੱਬੀ ਰੂਪ ਲੋਕ ਬਹੁਤ ਘੱਟ ਹੁੰਦੇ ਨੇ ਇਹਨਾਂ ਨਾਲ ਜੁੜੋ ਤੁਸੀਂ ਵੀ ਇੱਦਾਂ ਦੀ ਸੋਚ ਅਪਣਾਓ ਦੂਜਿਆਂ ਦੇ ਭਲੇ ਕਰੋ ਦੂਜਿਆਂ ਦੇ ਕੰਮ ਆਓ ਆਪਣੇ ਲਈ ਤਾਂ ਹਰ ਕੋਈ ਕਰਦਾ ਨਾ ਦੂਜਿਆਂ ਲਈ ਜਿਹੜਾ ਕਰਦਾ ਬੰਦਾ ਉਹੀ ਹੈ ਜੀ ਦਰਸ਼ਕੋ ਇੰਦਰਜੀਤ ਨਿੱਕੂ ਦਾ ਕਹਿਣਾ ਹੈ ਕਿ ਬਾਬਾ ਗੁਰਮੇਲ ਸਿੰਘ ਪੂਰੀ ਮਨੁੱਖਤਾ ਦੇ ਭਲੇ ਲਈ ਇਹ ਕਾਰਜ ਕਰ ਰਹੇ ਨੇ ਜਿਹੜਾ ਕਿ ਮਨੁੱਖ ਦਾ ਧਰਮ ਹੈ ਇਨਸਾਨ ਦਾ ਅਸਲੀ ਧਰਮ ਹੈ ਮਨੁੱਖਤਾ ਬਾਬਾ ਗੁਰਮੇਲ ਸਿੰਘ ਨੇ ਉਹਦੀ ਪਹਿਚਾਣ ਕੀਤੀ ਹੈ ਅਤੇ ਉਸ ਮਾਰਗ ਦੇ ਉੱਪਰ ਚੱਲ ਰਹੇ ਨੇ ਹਿੰਦੂ ਸਿੱਖ ਮੁਸਲਿਮ ਈਸਾਈ ਸਭ ਨੂੰ ਇੱਕ ਪਾਸੇ ਛੱਡ ਕੇ ਜਿਹੜਾ ਹੈਗਾ ਮਨੁੱਖਤਾ ਨੂੰ ਅਪਣਾਇਆ ਬਾਬਾ ਗੁਰਮੇਲ ਸਿੰਘ ਨੇ ਮਨੁੱਖਤਾ ਦਾ ਭਲਾ ਕਰਨ ਲਈ ਇਹ ਕਾਰਜ ਜਿਹੜਾ ਬਾਬਾ ਗੁਰਮੇਲ ਸਿੰਘ ਕਰ ਰਹੇ ਨੇ